जन है गुर नानक तार के मूरत है जागे आयो लोक सुनियो पर लोक सुनियो बिद लोक सुनियो सब दर्शन पायो संगत पार उतारन को गुरु नानक साहिब पंथ चलायो वाहे गुरु गुर नानक साहिब तार के मूरत है जागे आयो तेरे कवन कवन गुण कह कह गावा तू साहिब गुणी निदाना तुमरी महिमा बरन ना साको तू ठाकुर ऊच भगवाना गुरु बचन पालियो नहीं सिंह मन को नहीं मार गुर बचन सिंह की बेनती लाज तोहे निरंकार कहां बुद्ध प्राप्त तुच्छ हमारी बरन सके महिमा जो तिहारी हम ना सकत कर सिफत तुम्हारी आप ले हो तुम कथा सुधारी सतनाम श्री वाहे गुरु साहेब जी एक ओंकार सतगुर प्रसाद राग सारंग महला नावा हर बिन तेरो को ना सहाई का की मात पिता सुत बनेता को काहू को पाई हर बिन तेरो को ना सहाई का की मात पिता सुत बनेता को काहू को पाई वाहिगुरु जी का खालसा वाहिगुरु जी की फतेह तन तन जागदी जोत चवर तख्त छतर सिंघासन दे मालक गरीब निवाज धन साहिब श्री गुरु ग्रंथ साहिब जी महाराज हजूर ने बेअंत अपार कृपा कीती है तन सो वेला जित दर्शन करना ए समा भी तन है जिस विच हजूर ने सत संगत दियां घड़ियां बख्शियां हन हां बलिहारी सतगुर चरणा प्रेम वाले गुरसिख नेम दे मुताबक हर रोज हजूर दी सत संगत विच सज बैठदे हन महाराज जीआं दे चरणा कमलां तों वारने बलहारने जांदे हन जिस तरह साध संगत जी धन श्री गुरु तेग बहादुर साहिब जी महाराज हजूर दी अमृत गुरबाणी दी लड़ीवार कथा हजूर ने कृपा करके आरंभ करवाई सी अज सारंग राग विच हजूर जिस तरह शब्द उचारण करदे हन
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਬਾਬਤ ਹਜ਼ੂਰ ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ, ਤੇਗ ਬਹਾਦਰ ਸਿਮਰੀਐ ਘਰ ਨੌ ਨਿਦਿਆਵੈ ਧਾਏ, ਸਭ ਥਾਈ ਹੋਏ ਸਹਾਏ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਹਜ਼ੂਰ ਦਾ ਨਾਮ ਲੈਣ ਨਾਲ ਹੀ ਘਰ ਦੇ ਵਿੱਚ ਨੌ ਨਿਧੀਆਂ ਧਾ ਕੇ ਪ੍ਰਵੇਸ਼ ਕਰ ਜਾਂਦੀਆਂ ਹਨ। ਘਰ ਦੇ ਵਿੱਚ ਕਿਸੇ ਵਸਤੂ ਦੀ ਕਮੀ ਨਹੀਂ ਰਹਿੰਦੀ, ਉੱਥੇ ਹੀ ਸਾਧ ਸੰਗਤ ਜੀ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਮਹਾਰਾਜ ਜੀਆਂ ਦਾ ਨਾਮ ਗੁਰਸਿੱਖਾਂ ਦੇ ਹਿਰਦੇ ਘਰ ਵਿੱਚ ਵਸ ਜਾਂਦਾ ਹੈ। ਘਰ ਨੌ ਨਿਦ ਆਵੈ ਧਾਏ, ਸਭ ਥਾਈ ਹੋਏ ਸਹਾਏ। ਜਿੱਥੇ ਕੋਈ ਸਹਾਇਤਾ ਨਹੀਂ ਕਰ ਸਕਦਾ ਮਾਤਾ ਪਿਤਾ ਪੁੱਤਰ ਧੀਆਂ, ਉੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਨਾਮ ਸਹਾਇਤਾ ਕਰਦਾ ਹੈ। ਹਜ਼ੂਰ ਦਾ ਧਿਆਨ ਧਰਨ ਨਾਲ ਹੀ ਕਵੀ ਭਾਈ ਸੰਤੋਖ ਸਿੰਘ ਜੀ ਫਰਮਾਉਂਦੇ ਹਨ, ਉਹਨਾਂ ਨੂੰ ਜਮਾਂ ਦਾ ਮੂੰਹ ਨਹੀਂ ਵੇਖਣਾ ਪੈਂਦਾ, ਗੁਰਪੁਰੀ ਨੂੰ ਪਿਆਨਾ ਕਰਦੇ ਹਨ। ਐਸੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਅੰਮ੍ਰਿਤ ਗੁਰਬਾਣੀ ਦੀ ਕਥਾ ਸ਼੍ਰਵਣ ਕਰਨ ਤੋਂ ਪਹਿਲਾਂ ਸੱਚੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਅਦਬ ਸਹਿਤ ਦੋਨੋਂ ਹੱਥ ਜੋੜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਰੰਭ ਵਿੱਚ ਹਜ਼ੂਰ ਬੀਜ ਮੰਤਰ ਉਚਾਰਦੇ ਹਨ। ਇੱਕ ਓਅੰਕਾਰ ਜੋ ਪਰਮਾਤਮਾ ਇੱਕ ਹੈ, ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਰਾਗ ਸਾਰੰਗ ਮਹੱਲਾ ਨਾਵਾ। ਸਾਰੰਗ ਰਾਗ ਨੂੰ ਹਜ਼ੂਰ ਅੱਜ ਭਾਗ ਲਾ ਰਹੇ ਹਨ। ਮਹੱਲਾ ਨਾਵਾ। ਧੰਨ ਧੰਨ ਜਾਗਦੀ ਜੋਤ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਅੰਮ੍ਰਿਤ ਬਚਨ ਕੀ ਬ੍ਰਿਸ਼ਟ ਕਰ, ਕਿਰਪਾ ਦ੍ਰਿਸ਼ਟ ਕੇ ਸਾਥ। ਜਿਸ ਤਰ੍ਹਾਂ ਸਾਧ ਸੰਗਤ ਜੀ ਸਾਰੰਗ ਸਾਰੰਗ ਜਿਸ ਤਰ੍ਹਾਂ ਦੀਵੇ ਨੂੰ ਵੀ ਕਿਹਾ ਜਾਂਦਾ ਹੈ, ਸਾਰੰਗ ਮਾਹੇ ਪਤੰਗ ਮਰੈ ਨਾ ਡਰੈ, ਜਿਸ ਤਰ੍ਹਾਂ ਬਚਨ ਆਉਂਦੇ ਹਨ ਦੀਵੇ ਦੇ ਉੱਤੇ ਜਾ ਕੇ, ਜਿਸ ਤਰ੍ਹਾਂ ਪਤੰਗਾ ਆਪਣੀ ਜਾਨ ਦੇ ਦਿੰਦਾ ਹੈ, ਡਰਦਾ ਨਹੀਂ ਕਿਉਂਕਿ ਦੀਵੇ ਨਾਲ ਉਸ ਦਾ ਪ੍ਰੇਮ ਹੁੰਦਾ ਹੈ। ਮਹਾਰਾਜ ਜੀਆਂ ਦੀ ਗੁਰਬਾਣੀ ਵਿੱਚ ਜਿਸ ਤਰ੍ਹਾਂ ਬਚਨ ਆਉਂਦੇ ਹਨ, ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਜਿਸ ਸਮੇਂ ਦੀਵਾ ਬਲਦਾ ਹੈ, ਹਜ਼ੂਰ ਦੀ ਗੁਰਬਾਣੀ ਗੁਰਸਿੱਖ ਪ੍ਰੇਮ ਨਾਲ ਪੜਦੇ ਹਨ, ਕੀਤੇ ਹੋਏ ਪਾਪ ਮਹਾਰਾਜ ਜੀਆਂ ਦੀ ਗੁਰਬਾਣੀ ਨਾਸ਼ ਕਰ ਦਿੰਦੀ ਹੈ। ਉਗਵੈ ਸੂਰ ਨਾ ਜਾਪੈ ਚੰਦ, ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਜਿੱਥੇ ਸੂਰਜ ਦਾ ਪ੍ਰਕਾਸ਼ ਹੋ ਜਾਂਦਾ ਹੈ, ਚੰਦ ਤਾਰੇ ਉੱਥੇ ਫਿਰ ਛੁਪ ਜਾਂਦੇ ਹਨ। ਮਹਾਰਾਜ ਜੀਆਂ ਦੀ ਗੁਰਬਾਣੀ ਦਾ ਜਿਸ ਸਮੇਂ ਹਿਰਦੇ ਵਿੱਚ ਪ੍ਰਕਾਸ਼ ਹੁੰਦਾ ਹੈ, ਸਾਧ ਸੰਗਤ ਜੀ ਜਿੰਨੇ ਵੀ ਕੀਤੇ ਹੋਏ ਪਾਪ, ਹਨੇਰਾ ਜੋ ਹਿਰਦੇ ਵਿੱਚ ਛਾਇਆ ਹੋਇਆ ਹੈ, ਉਹ ਮਿਟ ਜਾਂਦਾ ਹੈ। ਅੱਜ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸਾਰੰਗ ਦੀਵੇ ਦੀ ਨਿਆਈ, ਜੋ ਗਿਆਨ ਹਿਰਦੇ ਚ ਪ੍ਰਕਾਸ਼ ਹੋਵੇ, ਗੁਰਸਿੱਖਾਂ ਦੇ ਹਿਰਦੇ ਵਿੱਚ ਵਿਰਾਗ ਪੈਦਾ ਹੋਵੇ, ਐਸਾ ਸ਼ਬਦ ਮਹਾਰਾਜ ਜੀ ਉਚਾਰਨ ਕਰਦੇ ਹਨ। ਉੱਥੇ ਹੀ ਸਾਧ ਸੰਗਤ ਜੀ ਸਾਰੰਗ ਜਿਸ ਤਰ੍ਹਾਂ ਧਨੁੱਖ ਨੂੰ ਵੀ ਕਿਹਾ ਜਾਂਦਾ ਹੈ, ਆ ਜਾਣ ਬਾਹੋ ਸਾਰੰਗ ਕਰ ਧਰਣੰ, ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਵਿੱਚ ਹਜ਼ੂਰ ਫਰਮਾਉਂਦੇ ਹਨ, ਜਿਨ੍ਹਾਂ ਦੀਆਂ ਭਾਰੀ ਭੁਜਾਵਾਂ ਹਨ, ਹੱਥਾਂ ਦੇ ਵਿੱਚ ਸਾਰੰਗ ਧਨੁੱਖ ਪਕੜਿਆ ਹੈ। ਸਾਧ ਸੰਗਤ ਜੀ ਪ੍ਰੇਮ ਵਾਲੇ ਗੁਰਸਿੱਖ ਜਿਸ ਤਰ੍ਹਾਂ ਹਜ਼ੂਰ ਦੀ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ, ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਤਰ੍ਹਾਂ ਸਾਧ ਸੰਗਤ ਜੀ ਆਪਣੇ ਹਿਰਦੇ ਨੂੰ ਕਮਾਂਡ ਬਣਾ ਕੇ ਪ੍ਰੇਮ ਦੇ ਚਿੱਲੇ ਤੇ, ਜਿਸ ਸਮੇਂ ਹਜ਼ੂਰ ਦੀ ਗੁਰਬਾਣੀ ਦਾ ਸ਼ਬਦ
ਗੁਰਸਿੱਖ ਚਲਾਉਂਦੇ ਹਨ ਤੀਰਾਂ ਦੀ ਨਿਆਈ। ਕਾਮ ਆਦਿਕ ਵੈਰੀਆਂ ਨੂੰ ਪਾੜਦਾ ਹੋਇਆ ਹਜ਼ੂਰ ਦਾ ਸ਼ਬਦ ਪਾਰ ਹੋ ਜਾਂਦਾ ਹੈ। ਹਿਰਦੇ ਦੇ ਵਿੱਚ ਵਿਰਾਗ ਉਤਪੰਨ ਹੁੰਦਾ ਹੈ। ਗੁਰਸਿੱਖ ਹਜ਼ੂਰ ਦੇ ਚਰਨਾਂ ਕਮਲਾਂ ਦੇ ਭੌਰੇ ਹੋ ਜਾਂਦੇ ਹਨ। ਐਸਾ ਸਾਰੰਗ ਰਾਗ ਵਿੱਚ ਹਜ਼ੂਰ ਸ਼ਬਦ ਉਚਾਰਨ ਕਰਦੇ ਹਨ। ਹਰ ਬਿਨ ਤੇਰੋ ਕੋ ਨਾ ਸਹਾਈ। ਜਿਸ ਤਰ੍ਹਾਂ ਸਾਧ ਸੰਗਤ ਜੀ ਹਰ ਬਿਨ ਤੇਰੋ ਕੋ ਨਾ ਸਹਾਈ, ਜਿਸ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਜਾਂ ਵਾਲੇ ਪਿਤਾ ਜੀ ਜਿਸ ਤਰ੍ਹਾਂ ਫਰਮਾਉਂਦੇ ਹਨ, ਮੁਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਮਹਾਰਾਜ ਜੀਆਂ ਨੇ ਜਿਸ ਸਮੇਂ ਪੂਰਬ ਦੀ ਦਿਸ਼ਾ ਨੂੰ ਪਿਆਨਾ ਕੀਤਾ, ਮਹਾਰਾਜ ਜੀ ਪਟਨਾ ਸਾਹਿਬ ਜੀਆਂ ਦੀ ਧਰਤੀ ਨੂੰ ਭਾਗ ਲਾ ਰਹੇ ਹਨ। ਇੱਥੇ ਸਾਧ ਸੰਗਤ ਜੀ ਇੱਕ ਸੇਠ ਜੇਠਮਲ ਜੀ ਰਹਿੰਦੇ ਹਨ। ਹਰ ਰੋਜ਼ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੂੰ ਯਾਦ ਕਰਦੇ ਹਨ। ਰੋਜ਼ ਮਹਾਰਾਜ ਜੀਆਂ ਲਈ ਪ੍ਰਸ਼ਾਦਾ ਤਿਆਰ ਕਰਦੇ ਹਨ। ਕਦੇ ਕਦੇ ਬੱਚੇ ਬਾਹਰ ਬੂਹਾ ਖੜਕਾ ਕੇ ਕਹਿੰਦੇ ਹਨ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਏ ਹਨ। ਸੇਠਮਲ ਮਹਾਰਾਜ ਜੀਆਂ ਨੂੰ ਯਾਦ ਕਰਦਾ ਹੋਇਆ ਭੱਜਾ ਜਾਂਦਾ ਹੈ। ਦਰਵਾਜ਼ੇ ਤੇ ਦੇਖਦਾ ਹੈ, ਕੋਈ ਵੀ ਨਹੀਂ ਹੁੰਦਾ, ਬੱਚੇ ਟਿੱਚਰਾਂ ਕਰਦੇ ਹਨ। ਫਿਰ ਥੋੜੇ ਦਿਨਾਂ ਬਾਅਦ ਬੱਚਿਆਂ ਨੇ ਦਰਵਾਜ਼ਾ ਖੜਕਾਉਣਾ। ਭਗਤ ਦਾ ਸੁਭਾਅ ਸਾਧ ਸੰਗਤ ਜੀ ਭੋਲਾ ਹੁੰਦਾ ਹੈ। ਫਿਰ ਭੱਜੇ ਜਾਂਦੇ ਹਨ ਸੇਠ ਜੇਠਮਲ ਜੀ, ਦੇਖਦੇ ਹਨ ਕੋਈ ਵੀ ਨਹੀਂ ਹੈਗਾ। ਇੱਕ ਦਿਨ ਸਾਧ ਸੰਗਤ ਜੀ ਐਸਾ ਆਇਆ, ਪ੍ਰੇਮ ਦੀ ਖਿੱਚ ਨਾਲ ਹਜ਼ੂਰ ਜਿਸ ਸਮੇਂ ਪੂਰਬ ਦੀ ਦਿਸ਼ਾ ਵੱਲ ਆਏ। ਮਹਾਰਾਜ ਜੀ ਸੇਠ ਜੇਠਮਲ ਦੇ ਘਰ ਵੱਲ ਆ ਰਹੇ ਹਨ। ਬੱਚਿਆਂ ਨੇ ਦਰਵਾਜ਼ਾ ਖੜਕਾਇਆ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਏ ਹਨ। ਸੇਠ ਜੀ ਜਿਨ੍ਹਾਂ ਨੂੰ ਆਪ ਨਿਤਾ ਪ੍ਰਤੀ ਯਾਦ ਕਰਦੇ ਹੋ। ਉਸ ਸਮੇਂ ਅੰਦਰੋਂ ਸੇਠ ਨੇ ਆਵਾਜ਼ ਦਿੱਤੀ, ਜੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਏ ਹਨ, ਹਜ਼ੂਰ ਨੂੰ ਕੋਈ ਦਰਵਾਜ਼ਾ ਨਹੀਂ ਰੋਕ ਸਕਦਾ। ਮਹਾਰਾਜ ਜੀ ਸਾਧ ਸੰਗਤ ਜੀ ਉਸ ਰੋਸ਼ਨ ਦਾਨ ਦੇ ਵਿੱਚੋਂ ਜਿੱਥੇ ਗੁਰਦੁਆਰਾ ਸੰਗਤ ਸਾਹਿਬ ਅੱਜ ਪਟਨਾ ਸਾਹਿਬ ਜੀਆਂ ਦੀ ਧਰਤੀ ਤੇ ਸੁਸ਼ੋਭਿਤ ਹੈ, ਮਹਾਰਾਜ ਜੀ ਉਸ ਰੋਸ਼ਨ ਦਾਨ ਦੇ ਵਿੱਚੋਂ ਸਮੇਤ ਸੰਗਤਾਂ ਸਮੇਤ ਘੋੜੇ ਮਹਾਰਾਜ ਜੀ ਉਸ ਸੇਠ ਦੇ ਘਰ ਵਿੱਚ ਪ੍ਰਵੇਸ਼ ਕੀਤੇ, ਜਿੱਥੇ ਕਚੌਰੀਆਂ ਦਾ ਵੀ ਪ੍ਰਸਾਦ ਮਿਲਦਾ ਹੈ। ਫਿਰ ਸਾਧ ਸੰਗਤ ਜੀ ਉਸ ਤੋਂ ਉਪਰੰਤ ਜਿਸ ਤਰ੍ਹਾਂ ਸੰਗਤਾਂ ਦੂਰੋਂ ਸਾਧ ਸੰਗਤ ਜੀ ਨੇੜਿਓਂ ਚੱਲ ਕੇ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਆਉਣ ਲੱਗੀਆਂ, ਮਹਾਰਾਜ ਜੀਆਂ ਦੇ ਦਰਸ਼ਨਾਂ ਵਾਸਤੇ ਭਾਰੀ ਇਕੱਤਰ ਹੋਈਆਂ ਸੰਗਤਾਂ, ਸੰਗਤਾਂ ਨੇ ਤੱਕਿਆ ਕਿ ਸੇਠ ਜੇਠਮਲ ਦੇ ਘਰ ਵਿੱਚ ਜਗ੍ਹਾ ਥੋੜੀ ਪੈ ਗਈ ਹੈ। ਫਿਰ ਸਾਲ ਸਰਾਏ ਜੌਹਰੀ ਸਾਧ ਸੰਗਤ ਜੀ ਜਿਨ੍ਹਾਂ ਦੀ ਅੱਗੇ ਅੰਸ਼ ਵੰਸ਼ ਸੀ, ਜਿਨ੍ਹਾਂ ਦੇ ਘਰ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਚਰਨ ਪਾਏ ਸੀ, ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ ਅੱਜ ਤੋਂ ਆਹ ਹਵੇਲੀ ਤੁਹਾਡੀ ਹੈ। ਉਹਨਾਂ ਨੇ ਆਪਣੀ ਹਵੇਲੀ ਸਾਧ ਸੰਗਤ ਜੀ ਮਹਾਰਾਜ ਜੀਆਂ ਦੇ ਅੱਗੇ ਭੇਟਾ ਕਰ ਦਿੱਤੀ। ਹਜ਼ੂਰ ਨੇ ਉਸ ਥਾਂ ਨੂੰ ਭਾਗ ਲਾਏ ਜਿਸ ਜਗ੍ਹਾ ਤੇ ਅੱਜ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸਾਧ ਸੰਗਤ ਜੀ ਅੱਜ ਵੀ ਉਹ ਡਿਉੜੀ ਮੌਜੂਦ ਹੈ, ਜਿਸ ਡਿਉੜੀ ਰਾਹੀਂ ਹਜ਼ੂਰ ਪ੍ਰਵੇਸ਼ ਕੀਤੇ ਸੀ। ਉਸ ਤੋਂ ਉਪਰੰਤ ਸਾਧ ਸੰਗਤ ਜੀ ਸੰਗਤਾਂ ਹਜ਼ੂਰ ਦੇ ਦਰਸ਼ਨ ਕਰਦੀਆਂ ਹਨ, ਠੰਡ ਪੈਂਦੀ ਹੈ। ਜਿਸ ਤਰ੍ਹਾਂ ਰਾਜਾ ਰਾਮ ਸਿੰਘ ਆਉਂਦਾ ਹੈ ਮਹਾਰਾਜ ਜੀਆਂ ਦੇ ਅੱਗੇ ਆ ਕੇ, ਇਤਿਹਾਸ ਨਿਤ ਦੇ ਸਤਸੰਗੀਆਂ ਨੇ ਸੁਣਿਆ ਹੈ, ਰਾਜਾ ਰਾਮ ਸਿੰਘ ਆਪਣੇ ਜਾਨ ਦੀ ਭੀਖ ਮੰਗਦਾ ਹੈ ਹਜ਼ੂਰ ਦੇ ਚਰਨਾਂ ਵਿੱਚੋਂ ਕਿ ਕਾਮਰੂਪ ਦੇਸ਼ ਅਸਾਮ ਤੇ ਜਿਸ ਨੇ ਚੜ੍ਹਾਈ ਕਰਕੇ ਜਾਣਾ ਸੀ। ਹਜ਼ੂਰ ਨੇ ਆਖਿਆ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਘਰ ਹੈ, ਜੋ ਵੀ ਨਿਮਾਣਾ ਹੋ ਕੇ ਆਉਂਦਾ ਹੈ ਸਭ ਦਾਤਾਂ ਉਸ ਨੂੰ ਪ੍ਰਾਪਤ ਹੁੰਦੀਆਂ ਹਨ। ਜਿਸ ਸਮੇਂ ਮਹਾਰਾਜ ਜੀਆਂ ਨੇ ਅਸਾਮ ਦੇਸ਼ ਨੂੰ ਪਿਆਨਾ ਕਰਨਾ ਸੀ, ਹਜ਼ੂਰ ਨੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਜਿਸ ਤਰ੍ਹਾਂ ਮਹਾਰਾਜ ਜੀ ਉਸ ਜਗ੍ਹਾ ਤੋਂ ਅੱਗੇ ਚੱਲਣ ਲੱਗੇ ਹਨ, ਅੱਜ ਸੰਗਤਾਂ ਨੇ ਬੜੇ ਹੱਥ ਜੋੜ ਕੇ ਹਜ਼ੂਰ ਨੂੰ ਪ੍ਰੇਮ ਸਹਿਤ ਬੇਨਤੀ ਕੀਤੀ ਹੈ, ਮਹਾਰਾਜ ਜੀ ਆਪ ਜੀਆਂ ਦੇ ਦਰਸ਼ਨ ਸਾਨੂੰ ਕਿੱਦਾਂ ਹੋਣਗੇ, ਮਹਾਰਾਜ ਜੀ ਕਿਰਪਾ ਕਰੋ, ਸੰਸਾਰੀ ਜੀਵ ਹਾਂ ਹਜ਼ੂਰ, ਮੋਹ ਨਹੀਂ ਨਾਸ਼ ਹੁੰਦਾ, ਹਜ਼ੂਰ ਕਿਰਪਾ ਕਰੋ, ਸਾਨੂੰ ਕੋਈ ਗਰੀਬਾਂ ਨੂੰ ਉਪਦੇਸ਼ ਦੇ ਕੇ ਜਾਵੋ। ਸਾਰੰਗ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਸ ਤਰ੍ਹਾਂ ਸਾਰੰਗ ਨਾਮ ਬਬੀਹੇ ਦਾ ਹੁੰਦਾ ਹੈ ਪਪੀਆ, ਜੋ ਇੱਕ ਪੰਛੀ ਹੁੰਦਾ ਹੈ ਸਾਧ ਸੰਗਤ ਜੀ
ਉਸ ਦੇ ਗਲ ਵਿੱਚ ਮੰਨਿਆ ਜਾਂਦਾ ਹੈ, ਇੱਕ ਛੇਕ ਹੁੰਦਾ ਹੈ। ਇੰਨੇ ਜਲ ਦੇ ਸੋਮੇ ਹਨ ਸੰਸਾਰ ਤੇ, ਪਰ ਉਸ ਦੀ ਤ੍ਰਿਪਤੀ ਕੇਵਲ ਇੱਕ ਸਵਾਂਤੀ ਬੂੰਦ ਨਾਲ ਹੁੰਦੀ ਹੈ ਜੋ ਅਰਸ਼ਾਂ ਤੋਂ ਡਿੱਗਦੀ ਹੈ। ਉਸ ਨੂੰ ਸਾਧ ਸੰਗਤ ਜੀ ਹੋਰ ਕਿਤੋਂ ਵੀ ਜਲ ਉਸ ਦੇ ਗਲੇ ਥਾਣੀ ਲੰਘਦਾ ਹੀ ਨਹੀਂ। ਹਜ਼ੂਰ ਦੇ ਪ੍ਰੇਮ ਵਾਲੇ ਗੁਰਸਿੱਖ ਸਾਰੰਗ ਰਾਗ ਜਿਸ ਵਿੱਚ ਹਜ਼ੂਰ ਕਿਰਪਾ ਕਰ ਰਹੇ ਹਨ, ਬਾਬੀਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ। ਮਹਾਰਾਜੀਆਂ ਦੇ ਗੁਰਸਿੱਖ ਇਸੇ ਤਰ੍ਹਾਂ ਹਜ਼ੂਰ ਅੱਗੇ ਬਬੀਹੇ ਦੀ ਨਿਆਈ ਬੇਨਤੀ ਕਰਦੇ ਹਨ। ਮਹਾਰਾਜ ਜੀ ਸਾਡੇ ਤੇ ਵੀ ਅੰਮ੍ਰਿਤ ਗੁਰਬਾਣੀ ਦੀ ਵਰਖਾ ਕਰਕੇ ਮਹਾਰਾਜ ਜੀ ਸਾਨੂੰ ਜੀ ਦਾਨ ਦੇ ਦਿਓ, ਕਿਉਂਕਿ ਆਪ ਜੀਆਂ ਦੀ ਭਗਤੀ ਵੱਲੋਂ ਤਾਂ ਹਜ਼ੂਰ ਸਾਡੇ ਚਿੱਤ ਮਰੇ ਹੋਏ ਹਨ। ਜਲ ਬਿਨ ਪਿਆਸ ਨਾ ਉਤਰੈ, ਛੁਟਕ ਜਾਹੇ ਮੇਰੇ ਪ੍ਰਾਣ। ਬਬੀਹੇ ਦੀ ਜਿਸ ਤਰ੍ਹਾਂ ਸਾਧ ਸੰਗਤ ਜੀ ਸਵਾਂਤੀ ਬੂੰਦ ਤੋਂ ਬਿਨਾਂ ਗਤੀ ਨਹੀਂ ਹੁੰਦੀ, ਹਜ਼ੂਰ ਦੇ ਗੁਰਸਿੱਖ ਜਿਨ੍ਹਾਂ ਨੂੰ ਪ੍ਰੇਮ ਲੱਗ ਜਾਂਦਾ ਹੈ ਬਬੀਹੇ ਦੀ ਨਿਆਈ ਹਜ਼ੂਰ ਦੀ ਗੁਰਬਾਣੀ ਪੜ੍ਹਦੇ ਹਨ, ਚਾਹੇ ਸੰਸਾਰ ਵਿੱਚ ਕਿੰਨੇ ਸੁੱਖ ਹਨ ਤੁੱਛ, ਪਰ ਕਹਿੰਦੇ ਹਨ ਮਹਾਰਾਜ ਜੀ ਆਪ ਕਿਰਪਾ ਕਰੋ ਆਪਣੇ ਮੁਖ ਤੋਂ ਮਹਾਰਾਜ ਜੀ ਉਪਦੇਸ਼ ਸੁਣਾ ਕੇ ਸਾਨੂੰ ਸਵਾਂਤੀ ਬੂੰਦ ਪਾ ਕੇ ਹਰਿਆਂ ਭਰਿਆਂ ਕਰ ਦਵੋ। ਸਾਰੰਗ ਰਾਗ ਵਿੱਚ ਹਜ਼ੂਰ ਕਿਰਪਾ ਕਰਦੇ ਹਨ, ਹਰ ਬਿਨ ਤੇਰੋ ਕੋ ਨਾ ਸਹਾਈ। ਮਹਾਰਾਜ ਜੀ ਫਰਮਾਉਂਦੇ ਹਨ ਪਟਨਾ ਸਾਹਿਬ ਜੀਆਂ ਦੀ ਧਰਤੀ ਨੂੰ ਜਿਸ ਸਮੇਂ ਹਜ਼ੂਰ ਰਵਾਨਾ ਹੋਣ ਲੱਗੇ ਉਸ ਸਥਾਨ ਤੋਂ ਸੰਗਤਾਂ ਨੂੰ ਹਜ਼ੂਰ ਨੇ ਉਪਦੇਸ਼ ਬਖਸ਼ਿਆ ਹੈ, ਹਰ ਬਿਨ ਤੇਰੋ ਕੋ ਨਾ ਸਹਾਈ। ਮਹਾਰਾਜ ਜੀ ਕਹਿੰਦੇ ਹਨ ਹੇ ਜੀਵ, ਇੱਕ ਅਕਾਲ ਪੁਰਖ ਵਾਹਿਗੁਰੂ ਹਰੀ ਤੋਂ ਬਿਨਾਂ ਤੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ। ਸੰਸਾਰੀ ਜੀਵ ਹਨ, ਜਦੋਂ ਤੈਨੂੰ ਦੁੱਖ ਆਉਂਦਾ ਹੈ ਮੁੱਖੋਂ ਕਹਿ ਸਕਦੇ ਹਨ ਕਿ ਅਸੀਂ ਤੇਰੇ ਨਾਲ ਖੜੇ ਹਾਂ, ਜੇ ਤੈਨੂੰ ਪੀੜਾ ਹੁੰਦੀ ਹੋਵੇ ਕੋਈ ਤੇਰੀ ਪੀੜ ਦੂਰ ਨਹੀਂ ਕਰ ਸਕਦਾ, ਬਸ ਦਲਾਸੇ ਹੀ ਤੈਨੂੰ ਦੇ ਸਕਦਾ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਹਰੀ ਤੋਂ ਬਿਨਾਂ ਇਹ ਤਾਂ ਜੀਵ ਤੇਰੀ ਇੱਥੇ ਨਹੀਂ ਸਹਾਇਤਾ ਕਰ ਸਕਦੇ, ਪਰਲੋਕ ਵਿੱਚ ਕੀ ਸਹਾਇਤਾ ਕਰਨਗੇ। ਮਹਾਰਾਜ ਜੀ ਕਹਿੰਦੇ ਹਨ ਕਿਸੇ ਨੇ ਤੇਰੀ ਸਹਾਇਤਾ ਨਹੀਂ ਉਹ ਕਰਨੀ। ਕੀ ਮਾਤ ਪਿਤਾ ਸੁਤ ਬਨਤਾ। ਮਹਾਰਾਜ ਜੀ ਫਰਮਾਉਂਦੇ ਹਨ ਕਿੱਥੋਂ ਦੇ ਹਨ ਤੇਰੇ ਮਾਤਾ ਪਿਤਾ, ਜਿਹੜੇ ਪੁੱਤਰਾਂ ਦਾ ਤੂੰ ਮਾਣ ਕਰਦਾ ਹੈ। ਬਨਤਾ ਦਾਰਾ ਭਾਵ ਇਸਤਰੀ। ਹਜ਼ੂਰ ਕਹਿੰਦੇ ਹਨ ਇਹ ਕਦੋਂ ਦੇ ਤੇਰੇ ਨਾਲ ਹਨ। ਓ ਕਾਹੂ ਕੋ ਭਾਈ। ਮਹਾਰਾਜ ਜੀ ਫਰਮਾਉਂਦੇ ਹਨ ਕਿਹੜਾ ਇੱਥੇ ਕਿਸੇ ਦਾ ਹੈ ਭਾਈ। ਭਾਈ ਸ਼ਬਦ ਹਜ਼ੂਰ ਉਚਾਰਦੇ ਹਨ ਜਿਸ ਸਮੇਂ ਸਾਧ ਸੰਗਤ ਜੀ ਇਹ ਸਮਝ ਆਉਣਾ ਕਠਿਨ ਹੈ। ਹਜ਼ੂਰ ਕਿਰਪਾ ਕਰਨ ਜਿਸ ਸਮੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਜ਼ੂਰ ਸਾਧ ਸੰਗਤ ਜੀ ਕਰਤਾਰਪੁਰ ਸਾਹਿਬ ਜੀਆਂ ਦੀ ਧਰਤੀ ਨੂੰ ਹਜ਼ੂਰ ਭਾਗ ਲਾ ਰਹੇ ਹਨ, ਜਿਸ ਸਮੇਂ ਸਾਧ ਸੰਗਤ ਜੀ ਮਹਾਰਾਜ ਜੀਆਂ ਦੇ ਪਾਸ ਦਾਸਾ ਭੱਟ ਇੱਕ ਬੜਾ ਪ੍ਰੇਮ ਵਾਲਾ ਗੁਰਸਿੱਖ ਆਇਆ ਕਰਦਾ ਸੀ ਹਜ਼ੂਰ ਦੇ ਪਾਸ। ਸਾਧ ਸੰਗਤ ਜੀ ਅੱਗੇ ਵੱਧ ਵੱਧ ਕੇ ਇਸ ਨੇ ਸੇਵਾ ਕਰਨੀ। ਇੱਕ ਸਮੇਂ ਹਜ਼ੂਰ ਜਿਸ ਤਰ੍ਹਾਂ ਸਮੇਂ ਸਮਾਧੀ ਲਾਈ ਬੈਠੇ ਹਨ, ਦਾਸਾ ਭੱਟ ਪਾਸ ਖੜਾ ਹਜ਼ੂਰ ਦੇ ਹਜ਼ੂਰ ਵੱਲ ਤੱਕ ਰਿਹਾ ਹੈ। ਹਜ਼ੂਰ ਇੱਕੇ ਦਮ ਸਮਾਧੀ ਸਥਾਨ ਹੋਏ, ਜਿਸ ਸਮੇਂ ਹਜ਼ੂਰ ਨੇ ਸਾਧ ਸੰਗਤ ਜੀ ਮੁਸਕਰਾਏ ਹਨ। ਦਾਸਾ ਭੱਟ ਪੁੱਛਦਾ ਹੈ ਮਹਾਰਾਜ ਜੀ ਕੀ ਗੱਲ ਹੋਈ, ਹਜ਼ੂਰ ਆਪ ਮੁਸਕਰਾਏ ਹੋ। ਮਹਾਰਾਜ ਜੀ ਕਹਿੰਦੇ ਹਨ ਦਾਸਾ ਭੱਟ ਉਹ ਚਿੜੀ ਕੀ ਬੋਲਦੀ ਹੈ, ਹਜ਼ੂਰ ਸਾਨੂੰ ਮਹਾਰਾਜ ਜੀ ਇਹਨਾਂ ਜਾਨਵਰਾਂ ਦੀਆਂ ਭਾਸ਼ਾ ਕਿੱਥੋਂ ਸਮਝ ਆਉਂਦੀਆਂ ਹਨ, ਆਪ ਕਿਰਪਾ ਕਰਕੇ ਦੱਸੋ। ਦਾਸਾ ਭੱਟ ਨੇ ਜਦੋਂ ਨਿਮਰਤਾ ਸਹਿਤ ਬਚਨ ਕਹੇ, ਹਜ਼ੂਰ ਕਹਿੰਦੇ ਹਨ ਕਿ ਦਾਸਾ ਭੱਟ ਚਿੜੀ ਕਹਿੰਦੀ ਹੈ ਤੇਰੀ ਮਾਤਾ ਚੜ੍ਹਾਈ ਕਰ ਗਈ ਹੈ। ਉਸੇ ਸਮੇਂ ਸਾਧ ਸੰਗਤ ਜੀ ਇਸ ਦਾ ਚਿਹਰਾ ਜੋ ਮੁਰਝਾ ਜਾਂਦਾ ਹੈ, ਮਹਾਰਾਜ ਜੀਆਂ ਦੇ ਚਰਨਾਂ ਤੇ ਢਹਿ ਪੈਂਦਾ ਹੈ, ਬਿਰਾਗ ਕਰਦਾ ਹੈ, ਕਿਉਂਕਿ ਮਾਤਾ ਨਾਲ ਪ੍ਰੇਮ ਬਹੁਤ ਸੀ। ਉਸ ਸਮੇਂ ਹਜ਼ੂਰ ਨੂੰ ਕਹਿੰਦੇ ਹਨ ਮਹਾਰਾਜ ਜੀ ਆਪ ਕਿਰਪਾ ਕਰਕੇ ਮੇਰੀ ਮਾਤਾ ਦੇ ਮੈਨੂੰ ਦਰਸ਼ਨ ਹੀ ਕਰਾ ਦਵੋ। ਉਸ ਸਮੇਂ ਸਾਧ ਸੰਗਤ ਜੀ ਇਸ ਦੀ ਮਾਤਾ ਦੀ ਜਿਸ ਤਰ੍ਹਾਂ ਰੂਹ ਹਜ਼ੂਰ ਨੇ ਪ੍ਰਗਟ ਕੀਤੀ ਹੈ, ਦਾਸਾ ਭੱਟ ਜਿਸ ਸਮੇਂ ਭੱਜ ਕੇ ਜਾ ਕੇ ਮਾਤਾ ਨੂੰ ਪ੍ਰੇਮ ਦੇ ਨਾਲ ਸਾਧ ਸੰਗਤ ਜੀ ਆਪਣੇ ਗਲ ਨਾਲ ਲਾਉਣ ਲੱਗਾ, ਪਰ ਮਾਤਾ ਗਲ ਨਾਲ ਨਾ ਲੱਗੇ ਹਜ਼ੂਰ ਵੱਲ ਤੱਕਦਾ ਹੈ। ਹਜ਼ੂਰ ਨੇ ਆਖਿਆ ਸੀ ਦਾਸਾ ਭੱਟ ਇਹ ਆਪ ਜੀਆਂ ਦੀ ਭਾਵਨਾ ਕਰਕੇ ਅਸੀਂ ਇਸ ਦਾ ਰੂਪ ਪ੍ਰਗਟ ਕੀਤਾ ਹੈ,
पर आप जियां दी हुण माता नहीं है। उस समय हजूर दे चरणा कमलां विच अरदास कीती सी दासा भट ने, हजूर मोहनी नाश हुंदा माता नाल हजूर बहुत प्रेम सी, आप कृपा करके हजूर मोह नाश करो। हजूर ने बचन उचारे सन, कत की माई बाप कत केरा, किदू थाव हम आए। महाराजियां दे हन दासा भट, ए कदों कु दी तेरी माता सी? महाराज जियां ने दस्या सी कि जदों दा तू जन्म लिया सी उस समय तो ए तेरी माता बनी सी, पर महाराज जियां ने दस्या सी ए तेरे तो भी पहला सी तेरी माता। तेरा जो शरीर है ए किन्नी थावें घूम घूम के आया है, ए तेरी माता जो इस जन्म विच बनी है पिछलिया जन्मां विच की पता तेरी धी होवे। महाराज जियां ने दस्या सी इह शरीरां दे संबंध हन, जिस शरीर राही संसार विच जीव आउंदा है उदों तो रिश्ता बनदा है कि इह मेरी माता है, पर दासा भट तू इदों पहलां वी सी, आत्मा कदे तेरी नाश नहीं सी हो सकदी। हजूर ने कहा सी कत की माई, कदों कु दी है तेरी माई, बाप कत केरा, कदों कु दा तेरा बाप है, जदों दा तू संसार विच आया है, किदो थावो हम आए, अगन बिंब जल भीतर निपजै। महाराज जियां ने दस्या सी जो ये शरीर है माता दी पेट दे विच जो अग्नि दे करके पिता जियां दी बिंद दे करके तेरा जो शरीर बनया है काहे कम उपाए। दासा भट ए अपने मन विच सदा याद रखिया कर, किस कारण वास्ते हजूर ने तेनू संसार विच भेजिया है। महाराजियां अगे साध संगत जी ढह पिया सी दासा भट, दोनों हाथ जोड़ के कहिंदा है मेरे साहिबा कौन जाने गुण ते, हजूर आप जियां दे गुण महाराजी कहे विच नहीं आउंदे, कहे ना जानी औगन मेरे। महाराजी मेरे वर्गियां दे औगन नहीं कहे जा सकदे। उस समय हजूर ने जिस तरह दासा भट ने बेनती कीती, महाराज जी हुण मैनू ज्ञान आप जी बख्श रहे हो, यह भी महाराज जी दसना करो मैं केड़ियां केड़ियां जूना विच होके आया हाँ। उस समय हजूर ने शीश ते हथ रखिया सी दासा भट दे, सब इस नू इस दे पुराने जन्म दिखा दिते। उस समय हजूर ने आखिया सी दासा भट ਕੀ ਵੇਖਿਆ ਫਿਰ? ਜੋ ਜੋ ਦਾਸਾ ਭੱਟ ਨੇ ਫਿਰ ਦੱਸਿਆ ਹਜੂਰ ਉਚਾਰਨ ਕਰਦੇ ਹਨ, ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ। ਦਾਸਾ ਭੱਟ ਕਹਿੰਦਾ ਹੈ ਮਹਾਰਾਜ ਜੀ ਪਤਾ ਨਹੀਂ ਕਿੰਨਿਆਂ ਕੁ ਜੂਨਾਂ ਵਿੱਚ ਮੈਂ ਰੁੱਖ ਬਣਿਆ ਹਾਂ ਪੱਤਿਆਂ ਤੋਂ ਬਿਨਾਂ। ਇਸੇ ਤਰ੍ਹਾਂ ਮਹਾਰਾਜ ਜੀ ਸੁੱਕੇ ਰੁੱਖਾਂ ਦੀ ਨਿਆਈ, ਬਿਰਖ ਫਲਦਾਈ ਰੁੱਖ ਬਣਿਆ ਹਾਂ ਮਹਾਰਾਜ ਜੀ, ਅੰਬ ਅਮਰੂਦ ਆਦਿਕ। ਮਹਾਰਾਜ ਜੀਆਂ ਨੂੰ ਦਾਸਾ ਭੱਟ ਦੱਸਦਾ ਹੈ ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ। ਮਹਾਰਾਜ ਜੀ ਕਿੰਨੀਆਂ ਕੁ ਜੂਨਾਂ ਵਿੱਚ ਮੈਂ ਚਾਰ ਪੈਰਾਂ ਵਾਲਾ ਪਸ਼ੂ ਬਣ ਕੇ ਹਜੂਰ ਪੈਦਾ ਹੋਇਆ ਹਾਂ ਇਹ ਦੇਖਿਆ ਹੈ। ਹਜੂਰ ਨੇ ਪੁੱਛਿਆ ਦਾਸਾ ਭੱਟ ਹੋਰ ਕੀ ਵੇਖਿਆ ਹੈ? ਕੇਤੇ ਨਾਗ ਕੁੱਲੀ ਮਹਿ ਆਏ, ਕੇਤੇ ਪੰਖ ਉਡਾਏ। ਮਹਾਰਾਜ ਜੀ ਨਾਗਾਂ ਦੀਆਂ ਕਈ ਜਿਸ ਤਰ੍ਹਾਂ ਕੁੱਲਾਂ ਮੰਨੀਆਂ ਜਾਂਦੀਆਂ ਹਨ, ਹਜੂਰ ਉਹਨਾਂ ਵਿੱਚ ਮੇਰਾ ਜਨਮ ਹੋਇਆ ਸੀ। ਕਈ ਜਨਮ ਤਾਂ ਮਹਾਰਾਜ ਜੀ ਪਤਾ ਨਹੀਂ ਕਿਹੜੇ ਕਿਹੜੇ ਪੰਛੀ ਬਣ ਕੇ ਹਜੂਰ ਮੈਂ ਸੰਸਾਰ ਵਿੱਚ ਜਨਮ ਲਏ ਹਨ। ਕੇਤੇ ਮਹਾਰਾਜ ਜੀ ਫਿਰ ਪੁੱਛਿਆ, ਹਜੂਰ ਨੂੰ ਦੱਸਦਾ ਹੈ ਦਾਸਾ ਭੱਟ, ਮਹਾਰਾਜ ਜੀ ਮੈਂ ਇਸ ਮਨੁੱਛਾ ਜਨਮ ਵਿੱਚ ਵੀ ਕਈ ਵਾਰ ਆਇਆ ਹਾਂ, ਉਸ ਵਿੱਚ ਮਹਾਰਾਜ ਜੀ ਮੈਂ ਕੋਈ ਸ਼ੁਭ ਕਰਮ ਨਹੀਂ ਕੀਤੇ, ਹੱਟ ਪੱਟਣ ਵਿੱਚ ਮੰਦਰ ਭੰਨੇ, ਕਰ ਚੋਰੀ ਘਰ ਆਵੈ। ਮਹਾਰਾਜ ਜੀ ਇੱਕ ਤਾਂ ਵਿੱਜ ਮੰਦਰ ਮਹਿੰਗੇ ਮਹਿੰਗੇ, ਮਹਾਰਾਜ ਜੀ ਸੁੰਦਰ ਸੁੰਦਰ, ਮਹਾਰਾਜ ਜੀ ਮੈਂ ਘਰ ਬਣਾਉਣਾ ਕੀਤੇ ਹਨ ਪੱਥਰ ਦੇ ਬਣਾਏ ਹਨ ਕਿ ਟੁੱਟ ਨਾ ਜਾਣ, ਪਰ ਮਹਾਰਾਜ ਜੀ ਚੋਰੀ ਕਰ ਕਰਕੇ ਮੈਂ ਘਰ ਦੇ ਵਿੱਚ ਖਜ਼ਾਨਾ ਭਾਵ ਘਰ ਦਾ ਸਮਾਨ ਇਕੱਠਾ ਕੀਤਾ ਹੈ। ਇਸੇ ਤਰ੍ਹਾਂ ਦਾਸਾ ਭੱਟ ਕਹਿੰਦਾ ਹੈ ਮਹਾਰਾਜ ਜੀ ਮੈਂ ਬੜੀਆਂ ਚੋਰੀਆਂ ਵੀ ਕੀਤੀਆਂ ਹਨ ਇਸ ਜਨਮ ਵਿੱਚ ਆ ਕੇ, ਠੱਗੀਆਂ ਵੀ ਮਾਰੀਆਂ ਹਨ। ਫਿਰ ਮਹਾਰਾਜ ਜੀ ਅੱਗੋਂ ਦੇਖੈ ਪਿੱਛੋਂ ਦੇਖੈ ਤੁਝਤੇ ਕਹਾਂ ਛੁਪਾਵੈ। ਮਹਾਰਾਜ ਜੀ ਜੋ ਚੋਰ ਹੁੰਦਾ ਹੈ ਸਾਧ ਸੰਗਤ ਜੀ ਪਿੱਛੇ ਦੇਖਦਾ ਹੈ ਕਿਤੇ ਭਾਵ ਘਰ ਵਾਲੇ ਤਾਂ ਨਹੀਂ ਦੇਖਦੇ, ਅੱਗੋਂ ਵੀ ਤੱਕਦਾ ਹੈ ਕਿ ਕਿਤੇ ਪੁਲਿਸ ਤਾਂ ਨਹੀਂ ਤੱਕ ਰਹੀ,
फिर इसे तरह दासा भट्ट जी कहिंदे हन हाथ जोड़ के महाराज जी आप ता मेरे पिछले जन्म भी देखे हन हजूर आप अगले भी देखदे हो महाराज जी आप जिया तो की छुपाया है महाराज जी जिस तरह अगे दासा भट्ट कहिंदे हन हजूर कई जन्मां विच मैं बंदगी भी कीती है तट तीरथ हम नवखंड देखे हट पटन बाजारा हजूर तटां ते तीर्थां ते भी जाके महाराज जी सिमरन कीता है बहुत पेख भी बनाए हन गलियां बाजारां दे विच भी घूमदा रहा हाँ सन्यासी तपसी जोगी भी बनिया हाँ ए नौ खंड दी धरती दा महाराज जी मैं रटन भी कीता है फिर साध संगत जी एंड ते दासा भाट जी कहिंदे हन लैकै तकरी तोलन लागा घट ही माहे वणजारा महाराज जी मैं वणजारा जीव अखीरले समय विच जदों तकड़ी लैके तोलन लगा हाँ कि किन्ना कु मैनू नफा होया है इस जीवन विच जे महाराज जी मैं इह वी जीवन देखदा हाँ घाटे वल ही जा रहा है हजूर शुभ कर्म नहीं मैं कमा सकिया इस मनुखा जन्म विच भी पशु जूना दे विच तां महाराज जी की कमाउणे सी जदों तकड़ी लैके मैं तोलदा हाँ किन्ने कु मेरे विच गुण हन महाराज जी एक भी गुण नहीं औगणा दे भरे हाँ हजूर आप किरपा करो धन श्री गुरु नानक देव साहब जी महाराज जिया ने किरपा कीती सी हजूर ने अरदास करन दी विधि जिस तरह दसी सी महाराज जी कहिंदे हन दासा भट्ट अरदास करिया कर जेता समुंद सागर नीर भरिया तेते औगण हमारे दया करो किश मेहर उपावहो डुबदे पत्थर तारे हजूर जिन्ना ए समुंदर ते सागर भरे हुए हन जल दे नाल महाराज जी एदो भी किते जान ज्यादा मेरे विच औगण हन हजूर आप दया कर दवो कुछ मेरा दी दृष्टि पाओ महाराज जी साडे वर्गे महाराज जी पत्थर वर्गे जिन्ना दे रिदे हन आप जिया ने तां पत्थर तार छड़े हन उस समय साध संगत जी हजूर ने दासा भट्ट दी मदद कीती है दसिया है कां की मात पिता सुत बनता को काहू को भाई हजूर कहिंदे हन कोई किसे दा नहीं मोह नाश करके हजूर ने दसिया है हर बिन तेरो को ना सहाई कां की मात पिता सुत बनता महाराज जिया ने फिर दिखा दिता सी दासा भट्ट नूं कदों कु दे हन तेरे माता पिता कदों कु दे हन तेरे धियां पुत्र को काहू को पाई महाराज जी फरमाउंदे हन अंत को नांगे ही पाए पंधारे जिन्ना भी परिवार है रावण वर्गे इत्थे जिन्ना दे सवा लख नाती जिन्ना दे दसे जांदे सी महाराज जी कहिंदे हन सब छड के जा रहे हन हर बिन तेरो को ना सहाई जिस तरह साध संगत जी धन श्री गुरु नानक देव साहब जी महाराज जिया दा जिस तरह जिक्र आउंदा है जिस समय भाई मरदाना जी हजूर दे पास साध संगत जी हजूर जिस तरह कौतक करिया करदे सन भाई मरदाना जी कहिंदे हन महाराज जी हुण नहीं आप जिया दे नाल साथ हो रहा जांदा महाराज जी असी चलदे हाँ जिस समय भाई मरदाना जी जा रहे हुंदे हन जंगलां दे विच रस्ते दे विच कौडा राक्षस जिस तरह भाई मरदाना जिया नूं पकड़ लैंदा है उस समय साध संगत जी महाराज जिया तो कई को दूर भाई मरदाना जी चले जांदे हन उस समय हजूर मुस्कराउंदे हन भाई बाला जी पुछदे हन महाराज जी की होया उस समय हजूर दसदे हन कि इन्नी दूरी ते एक राक्षस ने भाई मरदाना जिया नूं पकड़ लिया है वह उन्हां नूं तेल दे कड़ाहे विच तलन लगा है उस समय साध संगत जी धन श्री गुरु नानक देव साहब जी महाराज भाई बाला जिया नूं कहिंदे हन भाई बाला जी सानू नाल लियांदियां दी लाज है उधर भाई मरदाना जिया नूं जिस समय कौडे राक्षस ने पकड़िया है इधर साध संगत जी तेल वाले कड़ाए दे थले अग मचाई है राक्षस ने जिस समय तेल पुड़ पुड़ करके जिस तरह मचिया इधर भाई मरदाना जी की तकदे हन धन श्री गुरु नानक देव साहब जी महाराज हजूर आप सामने आके खड़ गए हन
भाई मरदाना जी देख के हजूर नू मुस्कराए हन, महाराज जी मेरी सहायता करो हुण। उस समय साध संगत जी भाई मरदाना जी देख के हजूर नू खुश हो जांदे हन, पर इधर कौडा राक्षस हजूर दे नू दर्शन ना सी हो रहे। जिस समय कौडे राक्षस ने भाई मरदाना जिया नू चकिया है, महाराज जिया वल भाई मरदाना जी तक के थोड़ा जा मुरझा गए हन कि महाराज जी हुण उदो बचावोगे जदों मैनू तेल दे कड़ाई विच सुट देगा। हजूर वल तकदे हन भाई मरदाना जी। उस समय साध संगत जी जिस तरह गुरबाणी गवाही दिंदी है, तपत कड़ाहा बुझ गया गुर शीतल नाम दियो। महाराज जिया ने जिस समय साध संगत जी तकिया सी कड़ाई वल, भाई मरदाना जी जिस समय कड़ाई विच सुटिया, उस जिस तरह राक्षस ने कड़ाहा साध संगत जी ठंडा हो गया, भाई मरदाने जिया दे शरीर नूं सुख मिलिया। उस समय साध संगत जी भाई मरदाना जिया दी जिस तरह हजूर ने साध संगत जी महाराज जिया ने सहायता कीती है, हजूर कहिंदे हन हर बिन तेरो को ना सहाई, महाराज जिया तो बिना तेरी किसे ने सहायता नहीं करनी। धन श्री गुरु नानक देव साहब जी महाराज जिया दे बचन हन। इतिहास विच हजूर ने आख्या है जिस तरह जेड़ा साडा पला पकड़ लैंदा है, भाई बाला जी शरण आया दी सानू लाज हुंदी है। जिस समय धन श्री गुरु हरगोबिंद साहब जी महाराज जिया पास दूसरी तुरक सेना दा जिस तरह साध संगत जी एक भेत लैण वास्ते कोई प्राणी आया सी, जिस समय सिंघां ने पकड़ लिया महाराज जिया दे पास, उस समय साध संगत जी हजूर ने आख्या सी कि इस नूं छड़ दिता जावे भाई विधि चंद जी। जिस समय इस नूं छड़िया, दुश्मन दी सेना विच उत्थे पिछे जाके दसदा है कि धन श्री गुरु हरगोबिंद साहब जी महाराज जिया ते आप फतेह नहीं पा सकदे, कला कला हजूर दा सिंह ताड़े कई कई ताड़ी सेना ते भारी पवेगा। उस समय उन्हें आख्या लगता है गुरु घर का कड़ा खा आया है, इस ते लगता है गुरु क्या दा असर हो गया है। उन्होंने कुट के इस नूं भजा दिता। फिर साध संगत जी कपड़े भी इस दे पाड़ दिते। इन्हें देखिया मेरी सहायता करन वाला कोई नहीं हैगा। उस समय धन श्री गुरु हरगोबिंद साहब जी महाराज जिया पास वापस आया है चल के। महाराज जिया दे जदों पास आया, कोल खड़े सिंह कहिंदे हन महाराज जी अगे भेद लैके गया है, हुण फिर आप जिया दी शरण विच आया है। उस समय हजूर ने शीश ते हथ रख के कहा सी, गुरसिखो जिस समय कोई साड़ी शरण विच आके टै पैंदा है, साडा हथ साडे तो आग्या नहीं मानदा, उहदे शीश ते चले जांदा है। नाले हजूर ने कहा सी जे इहदी इस लोक विच सहायता ना कीती तां ताड़ी परलोक विच किथे सहायता करांगे। हर बिन तेरो को ना सहाई, महाराज जी फरमाउंदे हन उस अकाल पुरख वाहिगुरु तो बिना तेरी कोई नहीं सहायता कर सकदा। जिस तरह साध संगत जी ग्वालियर दे किले दे विच, जिस समय साध संगत जी 52 राजे जिन्हां नूं उन्ने कैद कीता सी बादशाह ने, जिस समय साध संगत जी ग्वालियर दा किला ऐसा मन्या जांदा सी जिन्हू उस किले विच भेदिया जांदा सी, उस दी देही भी बाहर ना सी आउंदी, अंदर ही उस नूं उस दे धर्म दे मुताबक उसका संस्कार किया जांदा सी अंतम संस्कार। जिस समय धन श्री गुरु हरगोबिंद साहब जी महाराज हजूर किले दे विच भाग लाउंदे होए गए हन, जिस समय हजूर ने प्रवेश किया, उन्हां 52 पहाड़ी राजे हन जो उन्हां दे चेहरे खिड़े हन हजूर दे दर्शन करके। जिस समय हजूर जान लगे, उस समय राजिया ने कहा महाराज जी आप जिया दे दर्शना तो बिना हजूर साथों हुण रहा नहीं जांदा, हजूर असी नमाणे आप जिया दी शरण विच आए हाँ। उस समय हजूर ने फरमाया सी जो नर आरत होए एक बेरा, कहे श्री गुरु हर गोबिंद मैं अब तेरा, जो दुखी हो के दोनों हाथ जोड़ के कह देंदा है धन श्री गुरु हर गोबिंद साहब जी महाराज हजूर असी तुहाडे हाँ। उस समय हजूर ने कहा सी क्या गिनती है इहां बचावन, निकट ना देऊं दूत जामे आवन। महाराज जी कहिंदे हन इस लोक दी की गिनती है, मैं अपने गुरसिखां दे लागे जम दूत नहीं आउण देंदा। हजूर दे ऐसे बचन हन। हजूर ने साध संगत जी उन्हां मरिया होयां दे विच जान पाई है। हर बिन तेरो
ਕੋ ਨਾ ਸਹਾਈ। ਹਜੂਰ ਕਹਿੰਦੇ ਹਨ, ਹਰੀ ਤੋਂ ਬਿਨਾਂ ਇਸ ਲੋਕ ਤੇ ਪਰਲੋਕ ਦੇ ਵਿੱਚ ਤੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ। ਜਿਸ ਤਰ੍ਹਾਂ ਬਾਬਾ ਬਿਧੀ ਚੰਦ ਜੀਆਂ ਦਾ ਜ਼ਿਕਰ ਆਉਂਦਾ ਹੈ, ਜਿਸ ਸਮੇਂ ਬਾਬਾ ਬਿਧੀ ਚੰਦ ਜੀ ਜੋ ਸਾਧ ਸੰਗਤ ਜੀ ਸੰਗਤਾਂ ਵੱਲੋਂ ਭੇਟ ਕੀਤੇ ਹੋਏ ਦਸਾਲੇ ਸੀ, ਜੋ ਸਾਧ ਸੰਗਤ ਜੀ ਜਰਵਾਣਿਆਂ ਨੇ ਸੰਗਤਾਂ ਤੋਂ ਖੋਲੇ ਸੀ, ਬਾਬਾ ਬਿਧੀ ਚੰਦ ਜੀ ਹਜ਼ੂਰ ਦਾ ਆਸ਼ੀਰਵਾਦ ਲੈ ਕੇ ਜਦੋਂ ਤੁਰੇ ਹਨ, ਦਸਾਲੇ ਉਹਨਾਂ ਹਾਕਮਾਂ ਦੇ ਘਰਾਂ ਵਿੱਚੋਂ ਕੱਢ ਕੇ ਲੈ ਕੇ ਆ ਰਹੇ ਸਨ। ਉਸ ਸਮੇਂ ਸਾਧ ਸੰਗਤ ਜੀ ਹੁਲੀਆ ਜਾਰੀ ਹੋ ਗਿਆ ਸੀ ਕਿ ਫਲਾਣੇ ਹੁਲੀਏ ਦਾ ਗੁਰਸਿੱਖ ਜੋ ਦਸਾਲੇ ਕੱਢ ਕੇ ਲੈ ਗਿਆ ਹੈ, ਇਸ ਨੂੰ ਪਕੜ ਲਿਆ ਜਾਵੇ। ਉਸ ਸਮੇਂ ਬਾਬਾ ਬਿਧੀ ਚੰਦ ਜੀ ਇੱਕ ਭੱਠੀ ਵਾਲੇ ਦੇ ਪਾਸ ਜਾਂਦੇ ਹਨ, ਉਸ ਨੂੰ ਕਹਿੰਦੇ ਹਨ ਕਿ ਮੈਨੂੰ ਕਿਤੇ ਪਨਾਹ ਦੇ। ਉਸ ਸਮੇਂ ਭੱਠੀ ਵਾਲਾ ਕਹਿੰਦਾ ਹੈ, ਕਿਉਂਕਿ ਭੱਠੀ ਵਾਲੇ ਨੂੰ ਪਤਾ ਲੱਗ ਗਿਆ ਸੀ ਇਸ ਹੁਲੀਏ ਦਾ ਗੁਰਸਿੱਖ ਇੱਕ ਜੋ ਦਸਾਲੇ ਲੈ ਕੇ ਗਿਆ ਹੈ। ਭੱਠੀ ਵਾਲਾ ਕਹਿੰਦਾ ਹੈ, ਮੇਰੇ ਕੋਲ ਤਪਦਾ ਹੋਇਆ ਇੱਕ ਇਹ ਭੱਠੀ ਹੈ। ਉਸ ਸਮੇਂ ਕਿਹਾ ਸੀ ਬਾਬਾ ਬਿਧੀ ਚੰਦ ਜੀਆਂ ਨੇ, ਭੱਠੀ ਵਾਲਿਆ ਫਿਰ ਚੱਕ ਦੇ ਉੱਤੋਂ ਕੜਾਹੀ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਕਮਲਾਂ ਦਾ ਬਾਬਾ ਬਿਧੀ ਚੰਦ ਜੀਆਂ ਨੇ ਧਰਿਆ ਹੈ ਧਿਆਨ। ਚੌਂਕੜਾ ਮਾਰ ਕੇ ਸਮੇਤ ਦਸਾਲੇ ਬਾਬਾ ਬਿਧੀ ਚੰਦ ਜੀ ਤਪਦੀ ਹੋਈ ਭੱਠੀ ਵਿੱਚ ਬੈਠ ਗਏ ਹਨ। ਸਾਧ ਸੰਗਤ ਜੀ, ਉਧਰ ਭਾਈ ਕੀ ਡਰੌਲੀ ਵਿਖੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਹਜ਼ੂਰ ਨੇ ਸਿੱਖਾਂ ਨੂੰ ਜਿਸ ਤਰ੍ਹਾਂ ਹੁਕਮ ਕੀਤਾ ਹੈ, ਅੱਜ ਸਾਡੇ ਤੇ ਸਿੱਖੋ ਜਲ ਦੀਆਂ ਭਰ ਭਰ ਕੇ ਗਾਗਰਾਂ ਪਾਵੋ, ਕਿਉਂਕਿ ਸਾਰਾ ਤੇਜ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਜ਼ੂਰ ਆਪਣੇ ਤੇ ਜਰ ਗਏ ਹਨ। ਜਿਸ ਸਮੇਂ ਭੱਠੀ ਵਾਲੇ ਨੇ ਭੱਠੀ ਚੱਕੀ ਹੈ, ਦੇਖਦਾ ਹੈ ਕਿ ਗੁਰਸਿੱਖ ਸੜ ਗਿਆ ਹੋਵੇਗਾ, ਹੁਣ ਤਿਕਰ ਤਾਂ ਉਹਦੀਆਂ ਹੱਡੀਆਂ ਵੀ ਸੜ ਗਈਆਂ ਹੋਣਗੀਆਂ। ਉਸੇ ਤਰ੍ਹਾਂ ਬਾਬਾ ਬਿਧੀ ਚੰਦ ਜੀ ਭੱਠੀ ਵਿੱਚੋਂ ਨਿਕਲ ਕੇ ਬਾਹਰ ਆਉਂਦੇ ਹਨ। ਹਰ ਬਿਨ ਤੇਰੋ ਕੋ ਨਾ ਸਹਾਈ। ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਬਾਬਾ ਬਿਧੀ ਚੰਦ ਜੀਆਂ ਦੀ ਸਹਾਇਤਾ ਕੀਤੀ ਹੈ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ। ਹਜ਼ੂਰ ਕਹਿੰਦੇ ਹਨ, ਉਸ ਅਕਾਲ ਪੁਰਖ ਵਾਹਿਗੁਰੂ ਹਰੀ ਤੋਂ ਬਿਨਾਂ ਗੁਰਸਿੱਖਾ ਤੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ। ਜਿਸ ਤਰ੍ਹਾਂ ਸਾਧ ਸੰਗਤ ਜੀ ਬੇਅੰਤ ਪ੍ਰਮਾਣ ਆਉਂਦੇ ਹਨ, ਧੰਨ ਭਗਤ ਕਬੀਰ ਜੀ। ਜਿਸ ਤਰ੍ਹਾਂ ਸਾਧ ਸੰਗਤ ਜੀ ਰਖਾਲੂ ਲੋਕਾਂ ਨੇ ਜਿਸ ਤਰ੍ਹਾਂ ਇਲਾਕੇ ਵਿੱਚ ਮਹਾ ਕਿਹਾ ਸੀ ਕਿ ਭਗਤ ਕਬੀਰ ਜੀਆਂ ਦੇ ਘਰ ਵਿੱਚ ਵੱਡਾ ਜੱਗ ਹੈ, ਸਾਰੇ ਭਗਤ ਕਬੀਰ ਜੀਆਂ ਦੇ ਘਰੇ ਸਾਧੂ ਮਹਾਤਮਾ ਫਲਾਣੀ ਤਰੀਕ ਨੂੰ ਆਉਣਗੇ। ਇੱਧਰ ਭਗਤ ਕਬੀਰ ਜੀ ਸਾਧ ਸੰਗਤ ਜੀ ਆਪਣੀ ਭਗਤੀ ਵਿੱਚ ਲੀਨ ਰਹਿੰਦੇ ਹਨ। ਰਖਾਲੂਆਂ ਨੇ ਸਾਰੇ ਸਾਧੂਆਂ ਦੀ ਮੰਡਲੀ ਨੂੰ ਜਿਸ ਸਮੇਂ ਕਿਹਾ, ਸਾਧੂਆਂ ਦੇ ਟੋਲੇ ਭਰ ਭਰ ਕੇ ਭਗਤ ਕਬੀਰ ਜੀਆਂ ਦੇ ਘਰਾਂ ਵੱਲ ਆਉਣ ਲੱਗੇ। ਜਿਸ ਸਮੇਂ ਭਗਤ ਜੀ ਤੱਕਦੇ ਹਨ ਕਿ ਅਸੀਂ ਤਾਂ ਕਿਸੇ ਨੂੰ ਨਿਯੋਤਾ ਦਿੱਤਾ ਹੀ ਨਹੀਂ, ਇੰਨੀ ਇਕੱਠ ਸਾਧੂ ਮਹਾਤਮਾ ਦਾ ਸਾਡੇ ਘਰ ਵਾਲਾਂ ਨੂੰ ਆ ਰਿਹਾ ਹੈ। ਉਸ ਸਮੇਂ ਭਗਤ ਕਬੀਰ ਜੀ ਸਾਧ ਸੰਗਤ ਜੀ ਜਿਸ ਤਰ੍ਹਾਂ ਛੁੱਪ ਜਾਂਦੇ ਹਨ, ਪਰ ਜਿਸ ਸਮੇਂ ਸ਼ਾਮ ਨੂੰ ਭਗਤ ਕਬੀਰ ਜੀ ਕੀ ਤੱਕਦੇ ਹਨ, ਸਭ ਇਲਾਕੇ ਵਿੱਚ ਭਗਤ ਕਬੀਰ ਜੀਆਂ ਦਾ ਜਸ ਫੈਲ ਗਿਆ ਹੈ। ਉਸ ਸਮੇਂ ਸੰਗਤਾਂ ਦੱਸਦੀਆਂ ਹਨ ਕਿ ਅੱਜ ਤਾਂ ਭਗਤ ਕਬੀਰ ਜੀਆਂ ਨੇ ਬੜੀ ਸੰਗਤਾਂ ਦੀ ਸੇਵਾ ਕੀਤੀ ਹੈ, 36 ਪ੍ਰਕਾਰ ਦੇ ਪਦਾਰਥ ਭਗਤ ਕਬੀਰ ਜੀਆਂ ਦੇ ਘਰੋਂ ਸਾਧੂ ਮਹਾਤਮਾ ਛਾਕੇ ਜਿਸ ਤਰ੍ਹਾਂ ਸਾਧ ਸੰਗਤ ਜੀ ਨਿਹਾਲ ਹੋਏ ਸੀ। ਉਸ ਸਮੇਂ ਭਗਤ ਕਬੀਰ ਜੀਆਂ ਨੂੰ ਪਤਾ ਲੱਗਾ, ਮਣਾ ਤੇਰੀ ਥਾਵੇਂ ਅੱਜ ਹਜ਼ੂਰ ਆਪ ਭਗਤ ਕਬੀਰ ਜੀ ਬਣ ਕੇ ਸੇਵਾ ਕਰ ਗਏ ਹਨ। ਉਸ ਸਮੇਂ ਬਚਨ ਉਚਾਰਦੇ ਹਨ, ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ। ਭਗਤ ਕਬੀਰ ਜੀ ਕਹਿੰਦੇ ਹਨ, ਨਾ ਤਾਂ ਅਸੀਂ ਐਡਾ ਜੱਗ ਕਰ ਸਕਦੇ ਸੀ, ਨਾ ਹੀ ਕਦੇ ਅੱਗੇ ਮਹਾਰਾਜ ਜੀ ਕੀਤਾ ਸੀ, ਨਾ ਹੀ ਸਰੀਰ ਕਰਕੇ ਸਮਰੱਥਾ ਸੀ, ਨਾ ਹੀ ਧਨ ਕਰਕੇ। ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਕਹਿੰਦੇ ਹਨ, ਪਤਾ ਨਹੀਂ ਹਜ਼ੂਰ ਨੇ ਕੈਸਾ ਕੌਤਕ ਕਰ ਦਿੱਤਾ ਹੈ, ਸੰਸਾਰ ਦੇ ਲੋਕ ਕਹਿੰਦੇ ਹਨ ਕਬੀਰ ਜੀਆਂ ਨੇ ਧੰਨਿਆ ਧੰਨਿਆ ਕਰ ਦਿੱਤੀ ਹੈ। ਕਬੀਰ ਜੀ ਕਹਿੰਦੇ ਹਨ, ਇਹ ਤਾਂ ਹਰੀ ਦੇ ਕੌਤਕ ਹਨ, ਅਸੀਂ ਕੀ ਜਾਣਦੇ ਹਾਂ ਸੰਸਾਰੀ ਜੀਵ ਕਿ ਹਰੀ ਕੀ ਕਰ ਗਿਆ ਹੈ। ਸਾਧ ਸੰਗਤ ਜੀ, ਭਗਤ ਵਛਲ ਕਿਹਾ ਜਾਂਦਾ ਹੈ ਬਿਰਧ ਮਹਾਰਾਜ ਜੀਆਂ ਦਾ, ਹਰ ਬਿਨ ਤੇਰੋ ਕੋ ਨਾ ਸਹਾਈ। ਜਿਸ ਤਰ੍ਹਾਂ ਸਾਧ ਸੰਗਤ ਜੀ, ਸੰਸਾਰੀਆਂ ਨੇ ਤਾਂ ਭਗਤ ਕਬੀਰ ਜੀਆਂ ਦਾ ਅਪ ਜਸ ਕਰਵਾਉਣ ਵਾਸਤੇ ਜਿਸ ਸਮੇਂ ਉਹਨਾਂ ਸੋਚਿਆ ਸੀ, ਘਰ ਵਿੱਚ ਕੋਈ ਰਸਤ ਬਸਤੀ ਨਹੀਂ ਹੈਗੀ, ਘਰ ਦੇ ਵਿੱਚ ਤਾਂ ਕੁਝ ਵੀ ਨਹੀਂ ਹੈਗਾ, ਉਸ ਸਮੇਂ ਭਗਤ ਕਬੀਰ ਜੀਆਂ ਨੂੰ ਜਿਸ ਸਮੇਂ ਇਹਨਾਂ ਨੇ ਤੱਕਿਆ ਸੀ ਕਿ ਹੁਣ ਕੀ ਛਕਾਉਣਗੇ, ਆਪ ਅਕਾਲ ਪੁਰਖ ਵਾਹਿਗੁਰੂ ਨੇ ਭਗਤ ਦੀ ਸਹਾਇਤਾ ਕੀਤੀ ਸੀ,
हजूर कहिंदे हन, उस अकाल पुरख वाहिगुरू तो बिना तेरी कोई सहायता नहीं कर सकदा। काकी मात पिता सुत बनता। जिस समय साध संग जी धन श्री गुरु अमरदास साहिब जी महाराज जिन्हां बाबत बचन आउंदे हन, जप तप सत संतोख पिख दर्शन गुर सिख है, जिन्हां हजूर दे दर्शन कीत्या ही गुरसिखां दे विच शुभ गुणा प्रवेश करदे हन, सरण परे ते उबर है छोड़ जम पुरकी लिख है, जो हजूर दी शरण विच आ जांदे हन उन्हां नूं फिर जमा दी मार नहीं खानी पैंदी। जे समय साध संगत जी प्रेम चंद जिन्हां नूं प्रेमा कोड़ी कह के संसार कहण लग गया सी, बड़ा अमीर सी ये प्रेम चंद जी, जे समय साध संगत जी फिर अमीर घराने विच आनंद कारज होया सी, पहला ही धन दौलत बहुत सी, फिर होर एकत्र हो गई। इस दे आसे पासे इस दे सज्जन मित्र इस तरह रहिंदे हन जिस तरह मठियाई ते मखियां रहिंदियां हन, हर समय इस दे नाल नाल। फिर एक समा ऐसा आया, ऐसा साध संगत जी समा आया कि शरीर ते कोढ़ चल गया, हौली हौली भपूती नाश हुंदी गई, दोस्त मित्र सब इस नूं छड्ड गए हन। इत्थे तक साध संगत जी जो घर दी सी उस नूं इसने मजाक नाल कोई बचन कहे, ਉਹ ਵੀ ਕਹਿੰਦੀ ਹੈ ਤੈਨੂੰ ਅਸੀਂ ਬਾਹਰ ਛੱਡ ਆਉਣਾ ਹੈ, ਹੁਣ ਤੇਰੇ ਸਰੀਰ ਤੇ ਤਾਂ ਕੋੜ ਚੱਲ ਗਿਆ ਹੈ। ਮਹਾਰਾਜ ਜੀ ਸਾਧ ਸੰਗਤ ਜੀ ਐਸਾ ਸਮਾਂ ਆਉਂਦਾ ਇਸ ਪ੍ਰੇਮ ਚੰਦ ਜੀਆਂ ਤੇ, ਇਸ ਨੂੰ ਸਭ ਪ੍ਰੇਮ ਚੰਦ ਤੋਂ ਫਿਰ ਪ੍ਰੇਮਾ ਕੋੜੀ ਕਹਿਣ ਲੱਗੇ, ਕਿਉਂਕਿ ਸਾਧ ਸੰਗਤ ਜੀ ਮਹਾਰਾਜ ਜੀ ਜਿਸ ਤਰ੍ਹਾਂ ਕਹਿੰਦੇ ਹਨ, ਧਨ 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 ਕੋ ਪਾਖੀ ਹੈ ਜਾ ਕਾ ਜਗਤ ਗੁਲਾਮ, ਧਨ ਧਨ ਤਾਂ ਧਨ ਪੈਸੇ ਨੂੰ ਕਹਿਣਾ ਚਾਹੀਦਾ ਹੈ, ਜਿਸ ਦਾ ਸਭ ਜਗਤ ਗੁਲਾਮ ਹੈ, ਸਭ ਨਿਰਖਤ ਯਾ ਕੋ ਫਿਰੈ ਸਭ ਚੱਲ ਕਰਤ ਸਲਾਮ, ਪੈਸੇ ਵਾਲੇ ਵੱਲ ਤਾਂ ਸਭ ਤੱਕਦੇ ਹਨ। ਮਹਾਰਾਜ ਜੀ ਕਹਿੰਦੇ ਹਨ ਉਸ ਨੂੰ ਸਭ ਜਾ ਕੇ ਸਲਾਮਾਂ ਕਰਦੇ ਹਨ, ਜਿਸ ਤਰ੍ਹਾਂ ਬਚਨ ਆਉਂਦੇ ਹਨ, ਪਰਸੂ ਪਰਸਾ ਪਰਸਰਾਮ ਯੇ ਮਾਇਆ ਕੇ ਤੀਨ ਨਾਮ, ਜਿਸ ਤਰ੍ਹਾਂ ਘਰ ਦੇ ਵਿੱਚ ਜੇ ਸਾਰਾ ਘਰ ਹੀ ਉਸ ਤੇ ਟਿਕਿਆ ਹੋਵੇ, ਚੰਗੀ ਕਮਾਈ ਕਰਦਾ ਹੋਵੇ, ਘਰ ਦੇ ਕਹਿੰਦੇ ਹਨ ਇਹ ਸਾਡਾ ਪਰਸਰਾਮ ਜੀ ਹੈ, ਜੇ ਸਾਧ ਸੰਗਤ ਜੀ ਥੋੜਾ ਬਹੁਤਾ ਘਰ ਦਾ ਕੰਮ ਕਰਦਾ ਹੋਵੇ, ਫਿਰ ਕਹਿੰਦੇ ਹਨ ਇਹ ਸਾਡਾ ਪਰਸੂ ਪਰਸਾ ਪਰਸਰਾਮ, ਇਹ ਸਾਡਾ ਪਰਸਾ ਜੀ ਹੈ, ਜੇ ਸਾਧ ਸੰਗਤ ਜੀ ਵਿਹਲੀਆ ਖਾਣ ਵਾਲਾ ਹੋਵੇ, ਫਿਰ ਉਦੋਂ ਘੱਟ ਜਾਂਦੇ ਹਨ, ਕਹਿੰਦੇ ਹਨ ਇਹ ਸਾਡਾ ਪਰਸੂ ਹੈ। ਕਹਿੰਦੇ ਹਨ ਜਿਸ ਤਰ੍ਹਾਂ ਇਹ ਮਾਇਆ ਦੇ ਤਿੰਨ ਨਾਮ ਹਨ, ਜਿਸ ਸਮੇਂ ਵਿਭੂਤੀ ਨਾਸ ਹੁੰਦੀ ਗਈ, ਇਸ ਜੋ ਪ੍ਰੇਮਾ ਜੋ ਸਾਧ ਸੰਗਤ ਜੀ ਪ੍ਰੇਮ ਚੰਦ ਜਿਨ੍ਹਾਂ ਨੂੰ ਪ੍ਰੇਮਾ ਕੋੜੀ ਕਿਹਾ ਜਾਂਦਾ ਹੈ, ਆ ਕੇ ਖੂਹ ਤੇ ਬੈਠਦੇ ਹਨ, ਕਹਿੰਦੇ ਹਨ ਅੱਜ ਅਸੀਂ ਆਪਣੇ ਪ੍ਰਾਣ ਦੇ ਦੇਣੇ ਹਨ। ਉਸ ਸਮੇਂ ਸੰਗਤ ਜਿਸ ਤਰ੍ਹਾਂ ਗੋਇੰਦਵਾਲ ਸਾਹਿਬ ਨੂੰ ਜਾ ਰਹੀ ਸੀ, ਇਸ ਨੇ ਤੱਕਿਆ ਹੈ ਜੇ ਸੰਗਤ ਲੰਘ ਜਾਵੇ ਤਾਂ ਮੈਨੂੰ ਫਿਰ ਕੋਈ ਖੂਹ ਦੇ ਵਿੱਚੋਂ ਕੋਈ ਕੱਢੇਗਾ ਨਹੀਂ ਛੇਤੀ। ਜਿਸ ਸਮੇਂ ਸੰਗਤ ਲੰਘ ਰਹੀ ਸੀ ਕੀ ਕਹਿ ਰਹੀ ਸੀ, ਮੁੱਖ ਤੋਂ ਬਚਨ ਸੰਗਤ ਇਸ ਦੇ ਕੰਨਾਂ ਵਿੱਚ ਪਏ ਹਨ, ਸਾਹਿਬ ਨਿਮਾਣਿਆਂ ਦਾ ਮਾਣ, ਸਾਹਿਬ ਨਿਤਾਣਿਆਂ ਦਾ ਤਾਣ, ਤੱਕਿਆ ਹੈ ਇਸ ਪ੍ਰੇਮ ਚੰਦ ਨੇ ਕਿ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨਿਮਾਣਿਆਂ ਦੇ ਮਾਣ ਹਨ, ਜਿਨ੍ਹਾਂ ਨੂੰ ਕੋਈ ਤਾਣ ਨਹੀਂ, ਉਸ ਮਹਾਰਾਜ ਜੀ ਨਿਓਟਿਆਂ ਦੀ ਓਟ ਹਨ, ਨੇ ਗੱਤਿਆਂ ਦੀ ਗੱਤ ਹਨ, ਨੇ ਪੱਤਿਆਂ ਦੀ ਪੱਤ ਹਨ। ਉਸ ਸਮੇਂ ਸੰਗਤ ਦੇ ਪਿੱਛੇ ਘਰੋਂ ਇਹ ਤੁਰ ਪਿਆ, ਜਿਸ ਸਮੇਂ ਗੋਇੰਦਵਾਲ ਸਾਹਿਬ ਜੀਆਂ ਦੀ ਧਰਤੀ ਤੇ ਸਾਧ ਸੰਗਤ ਜੀ ਇਹ ਪ੍ਰੇਮ ਚੰਦ ਆਉਂਦਾ ਹੈ, ਹਜੂਰ ਨੂੰ ਤਾਕੇ ਕਹਿੰਦਾ ਹੈ, ਸੁਣੋ ਜਹਾਨਾ ਕਹੋ ਬਡੇਰ, ਮੇਰਾ ਗਇਆ ਕਛੋਟਾ ਲੱਦਾ, ਇਸ ਤਰ੍ਹਾਂ ਬਚਨ ਜਿਸ ਤਰ੍ਹਾਂ ਉਚਾਰਦਾ ਹੈ, ਮੇਰਾ ਗਇਆ ਕਛੋਟਾ ਲੱਦਾ, ਫੇਰ ਜਿਸ ਤਰ੍ਹਾਂ ਮਹਾਰਾਜ ਜੀਆਂ ਵੱਲ ਤੱਕਦਾ ਹੈ, ਹਜੂਰ ਮੇਰਾ ਦੇ ਘਰ ਵਿੱਚ ਆਉਂਦੇ ਹਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਫਿਰ ਇੱਕ ਦਿਨ ਇਸ ਦੀ ਸਾਧ ਸੰਗਤ ਜੀ ਹਾਲਤ ਦੇਖ ਕੇ ਹਜੂਰ ਸਿੱਖਾਂ ਨੂੰ ਕਹਿੰਦੇ ਹਨ, ਜਿਸ ਜਗ੍ਹਾ ਤੇ ਹਜੂਰ ਇਸ਼ਨਾਨ ਸੋਧ ਕੇ ਹਟੇ ਹਨ, ਹਜੂਰ ਨੇ ਆਖਿਆ ਸੀ ਕਿ ਉਸ ਜਗ੍ਹਾ ਤੇ ਇਸ ਨੂੰ ਇਸ਼ਨਾਨ ਕਰਾਇਆ ਜਾਵੇ, ਜਿਸ ਸਮੇਂ ਇਸ਼ਨਾਨ ਕਰਕੇ ਇਸ ਪ੍ਰੇਮੇ ਕੋੜੀ ਨੂੰ ਹਜੂਰ ਦੇ ਪਾਸ ਲੈ ਕੇ ਆਂਦਾ। ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਆਪਣੇ ਕਰ ਕਮਲਾਂ ਨਾਲ ਉਪਰੋਂ ਬਸਤਰ ਹਟਾਇਆ ਹੈ, ਹਜੂਰ ਨੇ ਅੰਮ੍ਰਿਤ ਦ੍ਰਿਸ਼ਟ ਜਿਸ ਤਰ੍ਹਾਂ ਇਸ ਦੇ ਸਰੀਰ ਤੇ ਪਾਈ, ਜਿਸ ਤਰ੍ਹਾਂ ਬਚਨ ਆਉਂਦੇ ਹਨ, ਕੱਚੋਹ ਕੰਚਨ ਭਇਓ, ਸ਼ਬਦ ਗੁਰ ਸ਼ਰਵਣ ਹੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤ ਗੁਰ ਮੁਖ ਭਣਿਓ। ਜਿਸ ਤਰ੍ਹਾਂ ਸਾਧ ਸੰਗਤ ਜੀ ਕੱਚ ਤੋਂ ਸੋਨੇ ਵਰਗਾ ਸਰੀਰ ਹੋ ਜਾਂਦਾ ਹੈ, ਜੋ ਕੰਨ ਹਜੂਰ ਦਾ ਜਸ ਸੁਣਦੇ ਹਨ, ਜ਼ਹਿਰ ਤੋਂ ਇਹ ਹਿਰਦੇ ਅੰਮ੍ਰਿਤ ਬਣ ਜਾਂਦੇ ਹਨ, ਜੇ ਮੁਖ ਤੋਂ ਵਾਹਿਗੁਰੂ ਕਹਿੰਦੇ ਹਨ,
फिर साध संगत जी लोहयो होयो लाल नदर सतगुर जद धारे जिस समय गुरसिख हजूर की संगत विच आउंदे हन हजूर दृष्टि पाउंदे हन ए जंगाले लोहे दी वर्गा शरीर लाल हीरे रतना वर्गा बन जांदा है लोहयो होयो लाल नदर सतगुर जद धारै हजूर ने ऐसी मेरा दी निगाह पाई इस दा कोड़ दूर कर दिता उस समय साध संगत जी गुरसिख तकदे हन की कहिंदे हन महाराज जी ए तां हुण सोहणे लाड़े वर्गा बन गया है उस समय हजूर ने कहा कि गुरसिखो ये भी ताड़ी इच्छा पूरी कर दिंदे हां हजूर ने कहा सी कोई गुरसिख है जो अपनी बेटी दा इस दे नाल आनंद कारज करावे उस समय साध संगत जी उपल जाति दा सिंहा जिस तरह जिक्र आउंदा है महाराजियां दे बचन सुन के हजूर दे अगे हथ जोड़ के खड़ा हो जांदा है उस समय हजूर ने जिस समय साध संगत जी आनंद कारज करवाया इन्हां दी फिर सीहे जिस तरह उपलदी जो घर वाली ओ भजी आउंदी है लंगरां दे विचों हजूर आपने ये की कीता ये तां हजूर कोड़ी है हजूर ने अपनी छाती नाल ला के कहा सी ये कोड़ी नहीं हर बिन तेरो को ना सहाई काकी मात पिता सुत बनता घरद्या ने भी कढ दिता सी किसी ने आसरा नहीं दिता सी प्रेमे कोड़ी नू हजूर ने छाती नाल ला के कहा सी ए अज तो साडा पुत्र है तोड़ा नाता साडे घर नाल जुड़िया है हजूर ने बचन कहे सी मथो मरारी सिमरै नाम पूरन होहे नरन के काम इस दी का पुत्री नू कहा सी इस दा नाम अज तो मथो ते मुरारी है दोनां दा नाम जोड़ी इन्हां दी बना के हजूर ने साध संगत जी गुरमत दा प्रचार करन वास्ते इन्हां नू मंजी थाप दित्ती ब्रह्म ज्ञान दा उपदेश दे के निहाल कीता हजूर ने कहा जो इन्हां दा याद करेगा उस दे काम नहीं अड़िया करनगे ऐसे धन श्री गुरु अमरदास साहिब जी महाराज हर बिन तेरो को ना सहाई धन श्री गुरु तेग बहादुर साहब जी महाराज फरमाते हैं हरि अकाल पुरख वाहेगुरु तो बिना तेरी किसी ने सहायता नहीं करनी विश्राम दे के हजूर फरमाते हैं धन तरनी अर संपत सगरी महाराज जी कहते हैं ये धन ते तरनी जेड़ी धरती वाल तू हथ करके कहना है जिथो तिकर निगाह जाती है सब अपनी जमीन है संपत विभूति माल डंगर जिन्हें भी हजूर कहते हैं सारे जो मान्यो अपनाई जो हजूर कहते हैं तू अपनी मन के बैठा है जिस तरह कहता है हमरी भूमि कौन घालै पैर इधर मेरी वट है कोई वट मेरी वड के ता विखावे हजूर कहते हैं कि जिन्हू तू अपनी मन के बैठा है जेड़े घर दी तू गहरी करके नींव खुदाई बड़ी डूंगी नींव रखदा है कि एडी उच्ची कोठी पौनी है जुगा जुगा तक रहनी चाहिदी है महाराज जी फरमाते हैं जिन्हां नू तू अपनी मन के बैठा है तन छुटै कछ संग ना चालै महाराज जी फरमाते हैं जिस समय इस तन दे विचों तेरे जो जीव ने उड़ जाना है हजूर कहते हैं देख कछु कछ पूरा मात्र भी कुछ भी तेरे नाल नहीं जाना लपटाई महाराज जी कहते हैं हुण तां बड़े लपटे मार मार के बैठदा है जिस तरह बचन आउंदे हन जिन्हें पातशाही करी कोट जुगंग महाराज जी कहते हैं इत्थे देख तेरी तां फिर भी थोड़ी जी बपूती है कई करोड़ा साल जुगां तिकर कईयां ने पातशाहियां कीतियां हन रसंग आन रसंग भली भांत भुगंग महाराज जी कहिंदे हन जिन्ने भी रस कस हन इस संसार दे जिन्ने भी पदार्थ गड्डियां हन उन्हां ने भली भांत सब भोगे हन ऐसे पातशाह होए हन वह अंत को पाव नांगे पधारे गिरह दीन देखे हठी काल मारे महाराज जी कहिंदे हन असी देखिया है अंत को अंत के धाम सुधारे जिस समय उन्हां दा अंतला एंडला समा आया अंतला बिना जोड़े भी नहीं सन उन्हां दे चरणां विच ए बली काल बड़ा बलवान है हजूर कहिंदे हन धरती ते रुखां दी न्याई डिगदे ऐसे पातशाह सी तके ने तू की थोड़ी जी बपूती नाल लपटे मार मार के बैठदा है जिते होए बीते तिते काल जीते हजूर कहिंदे हन जिन्ने वड्डे वड्डे बादशाह हो के बैठे हन संसार ते काल ने महाराज जी कहिंदे हन सब जित ले हन नूड़ के सुट ले हन हजूर कोई बचिया है जिते शरण जय है तिते ओ राख लै है महाराज जी कहिंदे हन हर बिन तेरो
को ना सहाई, जिन्हें मेरी अकाल पुरख वाहिगुरु दी शरण तकी है, शरण नाथ तोरी शरण जोग शरणं, प्रभु दर्श पाए मिटै जन्म मरणं। साध संगत जी शरण भी ओ दे सकदा है जो शरण देण दे समर्थ होवे। महाराजियां दी शरण विच आया दा की लाभ है, हजूर कहिंदे हन शरण नाथ तोरी शरण जोग शरणं, प्रभु दर्श पाए मिटै जन्म मरणं। हजूर दे दर्शन करदिया ही जन्मा मरना दे बंधन टुट जांदे हन। हजूर दी गुरबाणी दी कथा कीर्तन सुनिया ज्ञान हो आउंदा है, गुरसिखां दे हृदय विच बराग पैदा हुंदा है। देख मना तेरे नाल तां किसे ने भी नहीं जाना, तू किथे लपटे मारी बैठा है। दीन दयाल सदा दुख भंजन, महाराज जी फरमाउंदे हन जो दीना ते दयाल दया करन दी जिस दी आदत है, दयाल दया दा जो कर है जिस दी आदत है दया करन दी, तू भी उस दे अगे दीन हो जा। सदा दुख भंजन जड़ा सदा वास्ते जो प्रेम नाल टै पैंदा है उना दे दुख खंडन कर दिंदा है। महाराज जी फरमाउंदे हन उस दे नाल तां तू रुचि प्रेम वधाया ही नहीं। हजूर कहिंदे हन प्रेम तां तू संसारी पदार्थां नाल लाई बैठा है, मन मेरे हर जीओ सदा संभाल, अंतकाल तेरे बेली होवै सदा निभ है तेरे नाल। हजूर कहिंदे हन उसने सदा तेरे नाल निभना सी तां स्यों रुचना बढ़ाई, उस दे नाल तां तू प्रेम ला के कदे देखिया ही नहीं। नानक कहत जगत सब मिथ्या, धन श्री गुरु नानक देव साहिब जी महाराज जिया दा नावा स्वरूप। धन श्री गुरु तेग बहादुर साहिब जी महाराज जी फरमाउंदे हन नानक कहत जगत सब मिथ्या। मिथ्या चीज ओह हुंदी है साध संगत जी जो दिसन मात्र दिसे पर उथे होवे ना। हजूर कहिंदे हन इह सब संसार मिथ्या है। धन श्री गुरु नानक देव साहिब जी महाराज मोर लाउंदे हन, धन श्री गुरु तेग बहादुर साहिब जी महाराज कृपा करदे हन। हजूर फरमाउंदे हन जगत सब मिथ्या है। जो सुपना रहनाई, हजूर आप जियां नूं किन्ने दस्या है। हजूर कहिंदे हन नानक कहत, धन श्री गुरु नानक देव साहिब जी महाराज जिया ने सानू दसिया है। हजूर दे घर दा ए सिद्धांत है, ए जगत सब सुपने दी न्याई है। जिस तरह रात दा आया होया सुपना सच नहीं हुंदा, इसे तरह ए संसार है। महाराज जी कृपा करदे हन, हजूर दा उपदेश जो गुरसिख साध संगत जी इस सारंग राग नू भाग लाए हन हजूर ने, जिस तरह अणियाले तीरां दी न्याई, जिस तरह सारंग तो भाव सी तनुख, इस हृदय नू तनुख बना के प्रेम दे चिले ते चाड़ के हजूर दे शब्दां दे तीर जो गुरसिख अपनी छाती च सहिंदे हन, जदो तीर लगदे हन जे तां साध संगत जी अणियाले तीर पार हो जान, सब अंदर दीआं चीज़ां पिछे नू कढ दिंदे हन। जे पिछे नू खिचीए ओह तीर उहनां नाल कंडे लगे हुंदे हन, फिर साध संगत जी किसी कारण करके भी वह गुरसिख फिर नहीं बच सकते। ये जो हजूर दी प्रेम अमृत गुरबाणी दे तीर हन जिन्हां दी छाती नूं विन्न जांदे हन, ओही जानदे हन कि यह संसार मिथ्या है। हजूर दी अमृत बाणी पढ़न सुन मात्र से कैसा रस आउंदा है बबीहे दी न्याई। हजूर कृपा करन महाराज जीआं दा उपदेश साडे हृदय विच वसे। महाराज जी धन धन जागदी जोत साहिब श्री गुरु ग्रंथ साहिब जी महाराज आप सरबत संगतां बख्शन जोग हो बख्श देना, अरदास करनी महाराज बाल बुद्ध समर्था बख्शन। हजूर कृपा करन महाराज जियां दा जस गाउंदे होए एक नहीं अनेक प्रकार दियां भुलां गलतियां हो जांदियां हन, बख्श देना जी। दो पंक्तियां पढ़ के समाप्ति है जी। दीन दयाल सदा दुख भंजन, तां स्यो रुचना बढ़ाई। वाहिगुरु जी का खालसा, वाहिगुरु जी की फतेह। गुरु प्यारी साध संगत जी, आप जी नूं नौवें पातशाह धन धन श्री गुरु तेग बहादुर साहिब जी महाराज जी की अमृत बाणी की विचार द्वारा भाई करणवीर सिंह जी निहाल कर रहे सन। हुण समा है अमृत बाणी दे कीर्तन दा। आप संगतां दे विच भाई बलजिंदर सिंह जी बंबे वाले उन्हां दे साथी पहुंच चुके हन।
जिन्हां ने आप संगतां नूं अमृत बाणी दे कीर्तन द्वारा निहाल